ਕਿਸਾਨ ਸੁਖਦੀਪ ਸਿੰਘ ਆਪਣੀ ਖੇਤਾਂ ਦੇ ਵਿੱਚ ਗੇਂਦੇ ਦੇ ਫੁੱਲਾਂ ਦੀ ਖੇਤੀ ਕਰਦੇ ਨੇ ਪੂਰਾ ਸਾਲ ਅਲੱਗ-ਅਲੱਗ ਕਿਸਮਾਂ ਦੀ ਖੇਤੀ ਹੁੰਦੀ ਆ ਤੇ ਆਪਣੇ ਨਾਲ-ਨਾਲ ਪਿੰਡ ਦੀਆਂ ਔਰਤਾਂ ਨੂੰ ਵੀ ਜਿਹੜਾ ਹੈਗਾ ਰੁਜ਼ਗਾਰ ਦਿੰਦਾ ਪਹਿਲਾਂ ਇੱਕ ਬਿੱਗੀ ਤੋਂ ਸ਼ੁਰੂ ਕਰਿਆ ਸੀ ਜੀ ਜੋ ਸਾਡੇ ਲਿੰਕ ਬਣਦੇ ਗਏ ਮਾਰਕੀਟਿੰਗ ਖੁੱਲ ਮੰਗਵਾਤੀ ਗਈ ਉਦਾਂ ਹੁੰਦਾ ਸੀ ਨਹੀਂ ਬਤਾਉਂਦੇਗੇ ਜੀ ਹਣ ਅਸੀਂ 4 ਏਕੜ ਤੱਕ ਕਿਦ ਲਈ ਰਕਵਾ ਰੱਖਦੇ ਸਾਰਾ ਸਾਰਾ ਇਹ ਥੋੜਾ ਗੁੰਦ ਮਾਉਂਦਾ ਲੱਡੂ ਕਹਿੰਦੇ ਨੂੰ ਟਾਈਟ ਹੁੰਦਾ ਪੱਲਾ ਆਊਟ ਦੇ ਹਿਸਾਬ ਨਾਲ ਲੇਬਰ ਸਾਨੂੰ ਵਧਾਉਣੀ ਘਟਾਉਣੀ ਪੈ ਜਾਂਦੀ 4 ਏਕੜ ਵਾਸਤੇ 4-5 ਬੰਦੇ ਡੇਲੀ ਪੱਕੇ ਚਾਹੀਦੇ ਖੇਤੀਬਾੜੀ ਨੂੰ ਸੰਕਟ ਦੇ ਵਿੱਚ ਕਿਸਾਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਲਗਾਤਾਰ ਸੰਘਰਸ਼ ਹੋ ਰਹੇ ਨੇ ਕਿਹਾ ਜਾ ਰਿਹਾ ਕਿ ਫਸਲਾਂ ਦੇ ਉੱਪਰ ਐਮਐਸਪੀ ਦੋ ਕਿਸਾਨੀ ਲਗਾਤਾਰ ਘਾਟੇ 'ਚ ਜਾ ਰਹੀ ਆ ਨੌਜਵਾਨ ਆਪਣੀਆਂ ਜ਼ਮੀਨਾਂ ਆਪਣੇ ਖੇਤ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਤਾਂ ਇਹੋ ਜਿਹੇ ਸਮੇਂ ਦੇ ਵਿੱਚ ਜਿਹੜੇ ਕਿਸਾਨ ਬਦਲਵੀਂ ਖੇਤੀ ਕਰ ਰਹੇ ਨੇ ਕਿਤਨਾ ਕਿਤੇ ਉਹ ਪੰਜਾਬ ਦੇ ਵਿੱਚ ਰਹਿੰਦੇ ਵਧੀਆ ਜਿਹੜੀ ਕਮਾਈਆ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਸਨੇਹਾ ਵੀ ਦੇ ਰਹੇ ਨੇ ਕਿ ਅਗਰ ਆਪਾਂ ਕਣਕ ਜਾਂ ਝੋਨੇ ਦੀ بجائے ਬਦਲਵੀਂ ਖੇਤੀ ਕਰੀਏ ਤਾਂ ਕਮਾਈ ਵੀ ਵਧੀਆ ਕਰ ਸਕਦੇ ਆ ਤੇ ਕਿਤਨਾ ਕਿਤੇ ਖੇਤੀ ਨੂੰ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਬਚਾ ਸਕਦੇ ਆ ਇਸ ਵਕਤ ਸੰਗਰੂਰ ਦੇ ਪੇਦਨੀ ਕਲਾ ਪਿੰਡ ਦੇ ਵਿੱਚੋਂ ਮੌਜੂਦ ਆ ਤੁਹਾਨੂੰ ਪਹਿਲਾਂ ਇੱਕ ਸੁੰਦਰ ਤਸਵੀਰਾਂ ਦਿਖਾ ਰਿਹਾ ਖੇਤਾਂ ਦੀਆਂ ਜਿਹਦੇ ਵਿੱਚ ਕਿ ਗੇਂਦੇ ਦੇ ਜਿਹੜੇ ਫੁੱਲ ਨੇ ਉਹ ਲੱਗੇ ਹੋਏ ਨੇ ਕਿਸਾਨ ਸੁਖਦੀਪ ਸਿੰਘ ਆਪਣੀ ਖੇਤਾਂ ਦੇ ਵਿੱਚ गेंदे ਦੇ ਫੁੱਲਾਂ ਦੀ ਖੇਤੀ ਕਰਦੇ ਨੇ ਪੂਰਾ ਸਾਲ ਅਲੱਗ-ਅਲੱਗ ਕਿਸਮਾਂ ਦੀ ਖੇਤੀ ਹੁੰਦੀ ਆ ਸਰਦੀਆਂ ਦੀ ਕਿਸਮ ਅਲੱਗ ਹੁੰਦੀ ਆ ਗਰਮੀਆਂ ਦੀ ਕਿਸਮ ਅਲੱਗ ਹੁੰਦੀ ਆ ਤਾਂ ਇਹ ਖੇਤਾਂ ਦੇ ਵਿੱਚ ਨਾ ਝੋਨੇ ਦੀ ਫਸਲ ਹੁੰਦੀ ਆ ਨਾ ਕਣਕ ਦੀ ਫਸਲ ਹੁੰਦੀ ਆ ਹਰ ਸਾਲ ਹਰ ਮਹੀਨੇ ਬਦਲਵੇਂ ਫੁੱਲਾਂ ਦੀ ਖੇਤੀ ਹੁੰਦੀ ਆ ਕਿਸਾਨ ਸੁਖਦੀਪ ਨੌਜਵਾਨ ਆਪ ਵੀ ਵਧੀਆ ਕਮਾਈ ਕਰਦਾ ਤੇ ਆਪਣੇ ਨਾਲ ਨਾਲ ਪਿੰਡ ਦੀਆਂ ਔਰਤਾਂ ਨੂੰ ਵੀ ਜਿਹੜਾ ਹੈਗਾ ਰੁਜ਼ਗਾਰ ਦਿੰਦਾ ਜਿਹੜੇ ਪਿੰਡ ਦੀਆਂ ਔਰਤਾਂ ਨੇ ਇੱਥੇ ਫੁੱਲ ਤੋੜਦਿਆਂ ਨੇ ਪੂਰਾ ਸਾਲ ਪੱਕੀ ਜਿਹੜੀ ਨੌਕਰੀ ਆ ਉਹਨਾਂ ਨੂੰ ਮਿਲੀ ਹੋਈ ਆ ਉਹਨਾਂ ਨੂੰ ਵੀ ਕਿਸਾਨ ਰੁਜ਼ਗਾਰ ਦੇ ਰਿਹਾ ਵਧੀਆ ਕਮਾਈ ਕਰ ਰਿਹਾ ਤੇ ਕਿਤਨਾ ਕਿਤੇ ਜ਼ਮੀਨੀ ਪਾਣੀ ਨੂੰ ਜ਼ਮੀਨੀ ਮਿੱਟੀ ਨੂੰ ਜਿਹੜਾ ਲਗਾਤਾਰ ਝੋਨੇ ਦੀ ਫਸਲ ਦੇ ਕਾਰਨ ਡੂੰਘਾ ਹੁੰਦਾ ਜਾ ਰਿਹਾ ਉਹਦੀ ਬੱਚਤ ਵੀ ਸੁਖਦੀਪ ਕਰ ਰਿਹਾ ਤਾਂ ਗੱਲਬਾਤ ਵੀ ਕਰਦੇ ਆ ਪੂਰੀ ਜਾਣਕਾਰੀ ਲਵਾਂਗੇ ਫਾਇਦਾ ਨੁਕਸਾਨ ਕਿੰਨਾ ਕਰ ਸੁਖਦੀਪ ਪਹਿਲਾਂ ਤਾਂ ਐਵੇਂ ਦੱਸੋ ਵੀ ਤੁਸੀਂ ਖੇਤੀ ਕਰਦੇ ਹੋ ਪੂਰਾ ਸਾਲ ਸਿਰਫ ਫੁੱਲਾਂ ਦੀ ਖੇਤੀ ਹੁੰਦੀ ਆ ਹਾਂਜੀ ਹਾਂ ਇਹ ਸਾਰਾ ਸਾਲ ਤਰਕੀ ਬਣੀ ਚ ਵੈਰਾਈਟੀਆਂ ਨੇ 5 6 ਜੀ ਸਾਰਾ ਸਾਲ ਫੁੱਲ ਆਪਣੇ ਹੁੰਦੇ ਆ ਠੀਕ ਹੈ ਹਾਂਜੀ ਤਾ ਕਿੰਨੇ ਸਾਲ ਹੋ ਗਏ ਤੁਸੀਂ ਦੱਸਿਆ ਵੀ ਪਹਿਲਾਂ ਬਜ਼ੁਰਗ ਜਾਂ ਤੁਸੀਂ ਪਹਿਲਾਂ ਝੋਨੇ ਦੀ ਕਣਕ ਦੀ ਖੇਤੀ ਕਰਦੇ ਸੀ ਹਾਂਜੀ ਪਹਿਲਾਂ ਅਸੀਂ ਕਣਕ ਝੋਨਾ ਵੈਸੇ ਸਬਜ਼ੀਆਂ ਭਾਜੀਆਂ ਲਾ ਲੈਂਦੇ ਸੀ ਸਨ 12 ਤੋਂ ਅਸੀਂ 12 ਸਾਲ ਹੋ ਗਏ ਲਾਲੋ ਜੀ ਸਾਨੂੰ ਤੇ ਉਦੋਂ ਦੇ ਅਸੀਂ ਇਹ ਪਹਿਲਾਂ ਇੱਕ ਬਿੱਗ ਦੇ ਸ਼ੁਰੂ ਕਰਿਆ ਸੀ ਜਿਉਂ-ਜਿਉਂ ਸਾਡੇ ਲਿੰਕ ਬਣਦੇ ਗਏ ਮਾਰਕੀਟਿੰਗ ਫੁੱਲ ਮੰਗ ਵਧਦੀ ਗਈ ਉਦਾਂ ਹੁੰਦਾ ਸੀ ਇਹਨੂੰ ਵਧਾਉਂਦੇ ਗਏ ਜੀ ਹੁਣ ਅਸੀਂ 4 ਏਕੜ ਤੱਕ ਕਿਦ ਲਈ ਰੱਖਵਾ ਰੱਖਦੇ ਹਾਂ ਸਾਰਾ ਸਾਲ ਤਾਂ ਲਗਾਤਾਰ ਕੰਮ ਚੱਲਦਾ ਹਾਂ ਹਾਂ ਸਾਰਾ ਸਾਲ ਇੱਥੇ ਸਾਰੀਆਂ ਵੈਰਾਈਟੀਆਂ ਨੇ ਜੀ 5 6 ਕੁਝ ਇਹ ਕਲਕੱਤੀ ਵਾਲੀ ਵੈ ਮਤਲਬ ਸਾਰਾ ਸਾਲ ਫੁੱਲ ਹੋ ਜਾਂਦਾ ਜੀ ਕਈ ਵਾਰ ਮੌਸਮ ਦਾ ਹੋ ਜਾਂਦਾ ਹੈ ਆਪ ਡਾਉਨ ਕੋਈ ਵਾਰ ਵੀ ਦੀ ਗਾਇਬ ਪੈ ਜਾਂਦਾ ਜੀ ਵੈਸੇ ਸਾਰਾ ਸਾਲ ਆਪਣਾ ਰਹਿੰਦਾ ਫੁੱਲੇ ਪਰ ਇਹ ਫੁੱਲ ਦੇਖਣ ਨੂੰ ਸਾਨੂੰ ਉਹੀ ਲੱਗ ਰਹੇ ਨੇ ਵੀ ਸਰਦੀਆਂ ਦੇ ਫੁੱਲ ਵੀ ਲੱਗ ਭਾਗ ਆਏ ਹੁੰਦੇ ਨੇ ਰੰਗਾਂ ਦਾ ਜ਼ਰੂਰ ਦੋ ਦਾ ਫਰਕ ਆ ਗਰਮੀਆਂ ਦੇ ਵੀ ਇਹ ਵੈਰਾਈਟੀ ਦਾ ਕੀ ਫਰਕ ਕਹਿ ਰਹੇ ਹਾਂ ਵੀ ਗਰਮੀਆਂ 'ਚ ਹੋਰ ਹੁੰਦੀ ਆ ਸਰਦੀਆਂ 'ਚ ਹੋਰ ਹੁੰਦੀ ਆ ਵੈਰਾਈਟੀਆਂ ਜਿਹੜੀ ਇਹ ਲਾਈ ਆ ਜੀ ਆਪਣੀ ਇਹ ਕਾਟਿੰਗ ਹੈ ਕਲਕੱਤੇ ਵਾਲੀ ਜੀ ਵਾਜਦੀ ਹੈ ਇਹ ਉੱਥੋਂ ਪਨੀਰੀ ਇਹ ਕਾਟਿੰਗ ਤੋਂ ਮਤਲਬ ਬੂਟੇ ਤੋਂ ਕਾਟਿੰਗ ਵੱਢ ਕੇ ਡਾਣੀਆਂ ਤਿਆਰ ਕਰੀ ਹੁੰਦੀ ਹੈ ਤੇ ਇਹ ਲੱਗਦਾ ਜਾ ਕੇ ਮਈ ਜੀ ਮਤਲਬ ਇਹ ਚ ਦੋ ਵੈਰੇਟੀਆਂ ਹੋ ਗਈਆਂ ਇਹ ਕਿਸਮ ਇੱਕ ਹੈ ਜੀ ਤੇ ਜਿਹੜੀ ਆਪਣੀ ਸਿਆਲ ਵਾਲੀ ਆ ਉਹ ਲੋਕਲ ਜਾਫਰੀ ਉਹ ਫੁੱਲ ਥੋੜਾ ਜਿਹਾ ਤੁਹਾਨੂੰ ਵੱਖਰਾ ਹੁੰਦਾ ਹੈ ਖੜਿਆ ਇਹ ਥੋੜਾ ਗੁੰਦਮਾ ਹੁੰਦਾ ਲੱਡੂ ਕਹਿੰਦੇ ਇਹਨੂੰ ਟਾਈਟ ਹੁੰਦਾ ਫੁੱਲ ਬਸ ਇਹਦਾ ਹੀ ਫਰਕ ਹੈ ਜੀ ਇਹ ਮਤਲਬ ਇਹ ਵੈਰੇਟੀਆਂ ਆਪਣੇ ਪਾਸ ਨੇ ਜੀ ਪਰ ਖੇਤੀ ਕਰ ਰਹੇ ਹਾਂ ਨਾਲ ਨਾਲ ਰੁਜ਼ਗਾਰ ਦੇ ਰਹੇ ਹਾਂ ਔਰਤਾਂ ਕੰਮ ਕਰ ਰਹੀਆਂ ਨੇ ਲੰਬੇ ਸਮੇਂ ਤੋਂ ਪੱਕੀਆਂ ਲੱਗੀਆਂ ਹੋਈਆਂ ਨੇ ਹਾਂ ਜੀ ਹਾਂ ਵਾ ਦਿੱਲੀ ਜਿਵੇਂ ਛਣ ਆਰਡਰ ਆਉਂਦਾ ਉਦਾਂ ਹੀ ਆਰਡਰ ਦੇ ਹਿਸਾਬ ਨਾਲ ਲੇਬਰ ਵੱਜ ਜਾਂਦੀ ਹੈ ਚਲੋ ਆਰਡਰ ਘਟ ਹੁੰਦਾ ਉਹ ਹੀ ਘਟ ਉਦੇ ਹਿਸਾਬ ਨਾਲ ਅਸੀਂ ਆਰਡਰ ਦੇ ਹਿਸਾਬ ਨਾਲ ਲੇਬਰ ਸਾਨੂੰ ਵਧਾਉਣੀ ਘਟਾਉਣੀ ਪੈ ਜਾਂਦੀ ਤਾਂ ਕਮਾਈ ਤਾਂ ਤੁਸੀਂ ਵਧੀਆ ਦੱਸੀ ਆ ਪਰ ਫਰਕ ਮਿਹਨਤ ਦਾ ਵੀ ਪੈ ਜਾਂਦਾ ਫਿਰ ਜਿਵੇਂ ਹੁਣ ਆ ਕਣਕ ਝੋਨੇ ਦੀ ਜਿਹੜੀ ਤੁਹਾਡੇ ਬਰਾਬਰ ਝੋਨਾ ਲੱਗਿਆ ਹੋਇਆ ਕਿਸੇ ਕਿਸਾਨ ਦਾ ਇਹ ਤਾਂ ਲਗਾ ਕੇ ਬੰਦਾ ਭੁੱਲ ਗਿਆ ਪਾਣੀ ਦੇ ਤਾ ਸਪਰੇਅ ਕਰਤੀ ਇੱਥੇ ਤੁਹਾਡੀ ਪੂਰੀ ਪੱਕੀ ਸਰਵਿਸ ਆ ਦਿੰਦੀ ਇਹ ਤਾਂ ਹਾਂ ਜੀ ਅਸੀਂ ਲਾਲੋ ਤਿੰਨ ਤਾਂ ਜੀ ਸਾਡੇ ਪਰਿਵਾਰ ਦੇ ਲਾਣੇਦਾਰ ਹੋ ਗਿਆ ਜੇ ਕੋਈ ਲੇਬਰ ਦਾ ਘਟਵਾ ਜਾਂਦਾ ਸੀ ਨਾਲ ਪਰਿਵਾਰ ਲੇਡੀ ਜੀ ਵੀ ਆ ਜਾਂਦੀਆਂ ਨੇ ਜੀ ਮਤਲਬ ਤਿੰਨ ਜੀ ਅਸੀਂ ਇਹਦੇ ਵਿੱਚ ਰਹਿਣੇ ਆ ਜੀ ਲਾਲੋ ਇੱਕੜ ਦਾ ਸਾਡਾ ਫੁੱਲ ਚੱਲਦਾ ਹੈ ਨੇਕੜਾ ਸੇਨ ਤਿਆਰ ਕਰਿਆ ਨਾਲੋਂ ਦੇ ਨਾਲੋਂ ਉਹਦੀ ਗੜਾਈ ਲੇਬਰ ਬੰਦੇ ਵੀ ਲੈਣੇ ਪੈਂਦੇ ਸਾਨੂੰ ਜੀ ਲੇਡੀਜ਼ ਦਾ ਚਲੋ ਤੋੜਨ ਵਾਸਤੇ ਹੈਗੀਆਂ ਮਤਲਬ ਇਹਦੇ ਵਿੱਚ ਤਿੰਨ ਬੰਦੇ ਸਾਡੇ ਲਈ ਡੇਲੀ ਚਾਰ ਬੰਦੇ ਵੀ ਮਤਲਬ ਚਾਰ ਏਕੜ ਵਾਸਤੇ ਚਾਰ ਪੰਜ ਬੰਦੇ ਡੇਲੀ ਪੱਕੇ ਚਾਹੀਦੇ ਮਾਰਕੀਟਿੰਗ ਕਿਵੇਂ ਹੁੰਦੀ ਆ ਰੋਜ਼ ਫੁੱਲ ਤੋੜਦੇ ਹੋ ਵਿਕਦੇ ਕਿਵੇਂ ਨੇ ਮਾਰਕੀਟਿੰਗ ਆਦੀ ਆ ਸਾਡੇ ਲੋਕਲ ਸ਼ਹਿਰ ਦੁਕਾਨਾਂ ਡੈਕੋਰੇਸ਼ਨ ਵਾਲੇ ਹੈਗੇ ਜੇ ਜ਼ਿਆਦੇ ਵੱਜ ਜਾਂਦਾ ਤਾਂ ਪੱਲੂਧਾਣੇ ਵੇਚਦੇ ਨੇ ਜੀ ਤੇ ਮਾਰਕੀਟ ਆਪਣੇ ਲਿੰਕ ਹੈਗੇ ਆ ਆਰਡਰ ਸਾਨੂੰ ਤਰੀਕੇ ਨਾਲ ਸਾਣਾ ਅਸੀਂ ਰੱਖਵਾ ਲਾਉਨੇ ਆ ਸਾਡਾ ਵਿਕ ਜਾਂਦਾ ਜੀ ਰੋਜ਼ ਦਾ ਰੋਜ਼ ਹਾਂ ਜੀ ਡੇਲੀ ਜਿਵੇਂ ਆਰਡਰ ਆਉਂਦਾ ਕੋਈ ਤਿਹਾਰ ਆਉਂਦਾ ਇਕੱਠਾ ਟੁੱਟ ਜਾਂਦਾ ਜੀ ਆਫ ਸੀਜ਼ਨ ਹੈ ਘੱਟ ਟੁੱਟਦਾ ਬਸ ਉਤਰਾਂ ਵੱਧਦਾ ਫਿਰ ਵੱਡਾ ਫਾਇਦਾ ਇਹ ਵੀ ਆ ਨਹੀਂ ਤਾਂ ਆਪਾਂ ਕਹਿ ਦਿੰਨਾ ਖੇਤੀ ਹੈ ਜੀ ਸਮਾਹੀ ਬਾਦ ਹੜੀ ਸੋਣੀ ਦੇਖਾਂਗੇ ਤੁਹਾਡੇ ਤਾਂ ਕਮੇ ਰੋਜ਼ ਦੀ ਰੋਜ਼ ਹੁੰਦੀ ਹੈ ਡੇਲੀ ਡੇਲੀ ਕਿਉਂ ਇੱਕ ਆਹ ਲਓ ਚੱਲਦਾ ਸਾਡਾ ਇਹ ਖਤਮ ਹੋ ਨਹੀਂ ਦਿੰਦੇ ਸੀ ਪਹਿਲਾਂ ਦੂਜਾ ਲਓ ਤਿਆਰ ਕਰ ਲਾਂਗੇ ਮਤਲਬ ਸਾਰਾ ਸਾਲ ਫੁੱਲ ਟੁੱਟ ਜਾਂਦਾ ਜੀ ਇਹ 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 ਚੀਜ਼ ਥੋੜੀ ਸਮਝਾਓ ਜਿਵੇਂ ਤੁਸੀਂ ਦੱਸਿਆ ਸਰਕਲ ਕਿਵੇਂ ਚਲਾਉਨੇ ਆ ਥੋੜਾ ਜਆ ਮੈਂ ਤਾਂ ਸਮਝਦਾ ਪਰ ਉਹ ਸ਼ਬਦਾਂ ਚ ਜਿਹੜੇ ਹਰ ਸਾਰੇ ਲੋਕ ਸਮਝ ਵੀ ਜਿਵੇਂ ਇਹ ਫੁੱਲ ਹੁਣ ਤੁਹਾਡੇ ਟੁੱਟ ਰਹੇ ਨੇ ਇਹ ਤੋਂ ਬਾਅਦ ਦੂਸਰੀ ਤੁਸੀਂ ਪਨੀਰੀ ਲਾ ਲਈ ਉਹ ਤੋਂ ਬਾਅਦ ਦੂਸਰੇ ਤੁਹਾਡੇ ਤਿੰਨ ਕੁ ਮਹੀਨੇ ਦੇ ਨੇ ਐਂ ਕਮਾ ਕੇ ਰੱਖਦੇ ਹਾਂ ਪੂਰਾ ਹਾਂਜੀ ਹਾਂ ਚਲ ਆਪਾਂ ਮਈ ਤੋਂ ਸ਼ੁਰੂ ਕਰ ਲਈਏ ਮਈ ਚ ਨਾ ਸੇ ਕਾਟਿੰਗ ਲਾਈ ਦੀ ਇਹ ਲਾ ਲਓ ਜੇ ਹੁਣ ਗਰਮੀ ਜੇ ਨ ਬਰਸਾਤਾਂ ਤੱਕ ਇਹ ਅਗਸਤ ਸਤੰਬਰ ਅਕਤੂਬਰ ਚ ਇਹ ਖਤਮ ਹੋ ਜੂਗੀ ਇਹ ਵੈਰਾਈਟੀ ਚੱਲ ਗਈ ਆਪਣੀ ਅਸੀਂ ਹਣ ਜੁਲਾਈ ਚ ਸ਼ੁਰੂ ਕਰਤੀਆਂ ਜਾਂ ਫਰੀਆਂ ਜੀ ਪਹਿਲਾਂ ਛੱਠੀ ਲਾਈ ਜੀ ਫਿਰ ਉਹ ਚ ਲੱਗੀ ਦੂਜੀ ਦੀਵਾਲੀ ਵਾਲੀ ਜੀ ਫਿਰ ਉਦੋਂ ਬਾਅਦ ਲੋੜੀ ਵਾਲੀ ਜਾਂ ਫਰੀ ਮਤਲਬ 6 ਮਹੀਨੇ ਸਾਡੀਆਂ ਉਹ ਤਿੰਨੇ ਜਾਂ ਫਰੀਆਂ ਮਨ ਲ ਉਹ ਫੁੱਲ ਰਹੇ ਜੂ ਸਿਆਲ ਜੀ ਉਸ ਤੋਂ ਬਾਅਦ ਜਿਹੜਾ ਫਰਬਰੀ ਵਾਲਾ ਆਪਣਾ ਮਾਰਚ ਚ ਇੱਕ ਆਪਣਾ ਲੱਡੂ ਗੇਂਦਾ ਹੁੰਦਾ ਬੀਜ ਵਾਲਾ ਜੀ ਇਹੀ ਵੈਰੈਟੀ ਆ ਉਹ ਫਿਰ ਉਹ ਮਨ ਲ ਫਰਬਰੀ ਚ ਉਹ ਲੱਗ ਗਿਆ ਜੀ ਤਿੰਨ ਮਹੀਨੇ ਜੁਲਾਈ ਅਗਸਤ ਤੱਕ ਉਹ ਚੱਲ ਜਾਂਦਾ ਜੀ ਪਰ ਉਸ ਤੋਂ ਬਾਅਦ ਹੀ ਸ਼ੁਰੂ ਹੋ ਗਿਆ ਦੁਬਾਰੇ ਹਾਂ ਤਾਂ ਫਿਰ ਤਿਹਾਰਾਂ ਦਾ ਸੀਜ਼ਨ ਆ ਫਿਰ ਤਾਂ ਚਾਂਦੀ ਬਣੂਗੀ ਪੂਰੀ ਹਾਂ ਜੀ ਹੁਣ ਚਲੋ ਐਤਕੀ ਫੁੱਲ ਥੋੜਾ ਜਿਆ ਖਰਾਬ ਹੋ ਗਿਆ ਜਿਆਦੇ ਫੁੱਲ ਕੁਝ ਪਹਿਲਾਂ ਮੌਸਮ ਗਰਮ ਸੀ ਤੇ ਹਣ ਬਰਸਾਤਾਂ ਕਰਕੇ ਉਹਦੇ ਨਾਲ ਰੇਟ ਅੱਪ ਹੋਇਆ ਹੈ ਉਹ ਤਿਹਾਰ ਤਹਾਨੂੰ ਆਉਣੀ ਤੇ ਚਲੋ ਉਤਰਗੇ ਇੱਕ ਹੋਰ ਚੀਜ਼ ਦੇਖੀਏ ਤੁਹਾਡੇ ਤਾਂ ਹੁਣ ਇੱਥੇ ਜਿਵੇਂ ਆਪ ਬੰਦੇ ਤੁਸੀਂ ਦੱਸਿਆ ਲੈਣ ਆਉਂਦੇ ਨੇ ਤਾਂ ਤਿਹਾਰਾਂ ਦੇ ਸੀਜ਼ਨ 'ਚ ਕਿੰਨਾ ਕ ਫਾਇਦਾ ਰੇਟ ਕਿੰਨਾ ਕ ਅੱਪ ਹੋ ਜਾਂਦਾ ਨਾਰਮਲ ਦੇ ਨਾਲੋਂ ਇਹ ਲੈ ਕੇ ਜਾਣਦਾ ਤਾਂ ਹੈ ਜਿਵੇਂ ਕੋਈ ਆਫ ਸੀਜ਼ਨ ਹੈ ਫੁੱਲ ਆਮ ਹੈ ਫਿਰ ਤਾਂ ਸਾਨੂੰ ਚਲੋ ਆਪ ਵੀ ਉਹਨਾਂ ਦਾ ਮਤਲਬ ਮਿੰਤਾਲੇ ਕੰਮ ਹੋ ਜਾਂਦਾ ਦੀਪ ਸਾਡਾ ਵੇਕ ਜੇ ਜਦੋਂ ਫੁੱਲ ਘਟ ਗਿਆ ਤਿਹਾਰ ਨੇ ਉਹਨਾਂ ਨੂੰ ਮੰਗ ਵੱਧਾ ਫੁੱਲ ਦੀ ਫੁੱਲ ਹੈ ਨਹੀਂ ਫਿਰ ਉਹ ਆਪ ਵੀ ਆ ਜਾਂਦੇ ਨੇ ਬਸ ਥੋੜਾ ਜਿਹਾ ਮੰਗ ਦੇ ਹਿਸਾਬ ਨਾਲ ਲਜਾਣ ਦਾ ਤੇ ਨੇ ਆਪ ਦੇਣ ਵਾਲਾ ਕੰਮ ਬਸ ਐਂ ਇਦਾਂ ਚੱਲਦਾ ਇੱਕ ਆਪਾਂ ਕੰਪੈਰੀਸ਼ਨ ਕਰੀਏ ਇੱਕ ਪਾਸੇ ਤਾਂ ਕਿਸਾਨ ਕਣਕ ਝੋਨੇ ਦੀ ਖੇਤੀ ਕਰਦੇ ਨੇ ਲਗਾਤਾਰ ਕਹਿ ਰਹੇ ਨੇ ਸਾਡੇ ਪਾਣੀ ਡੂੰਗੇ ਹੋ ਰਹੇ ਨੇ ਪਾਣੀ ਬਚਾਓ ਫਿਰ ਝੋਨੇ ਚ ਪਰਾਲੀ ਦੀ ਸਮੱਸਿਆ ਵੱਡੀ ਆਉਂਦੀ ਆ ਸਰਕਾਰ ਕਿਤਨਾ ਕਿਤੇ ਕਾਨੂੰਨ ਵਿਵਸਥਾ ਨੂੰ ਵਰਤਦੀ ਆ ਕਿ ਆ ਪਰਚੇ ਹੋਣਗੇ ਕਿਸਾਨ ਕਹਿੰਦੇ ਨੇ ਅਸੀਂ ਮਜਬੂਰ ਆ ਤੁਸੀਂ ਸਾਰੇ ਝੰਟਟਾ ਤੋਂ ਮੁਕਤੋਂ ਤੁਹਾਨੂੰ ਕੋਈ ਟੈਨਸ਼ਨ ਨਹੀਂ ਨਾ ਤੁਹਾਨੂੰ ਪਾਣੀ ਦੀ ਪਹਿਲਾਂ ਗੱਲ ਕਰੀਏ ਜਿਹੜੀ ਮੇਰਾ ਪਹਿਲਾ ਸਵਾਲ ਆ ਜ਼ਮੀਨੀ ਪਾਣੀ ਦਾ ਕਿੰਨਾ ਕੁ ਫਰਕ ਆ ਕਿੰਨੀ ਕੁ ਬਚਤ ਹੁੰਦੀ ਆ ਪਾਣੀ ਦਾ ਤਾਂ ਇਦਾਂ ਜੀ ਝੋਨੇ ਚ ਇੱਕ ਤਾਂ ਪਾਣੀ ਦੀ ਜਿਆਦਾ ਹੋ ਗਿਆ ਕਿਉਂ ਮੁਰੇ ਪਵੇ ਖਲਾਲੋ ਪਾਣੀ ਡੂੰਘਾ ਜਾਂਦਾ ਜੀ ਪਾਣੀ ਦੀ ਪ੍ਰੋਬਲਮ ਆ ਜੂ ਤੇ ਇੱਕ ਰਹਿੰਦਾ ਖੁੰਦਾ ਜਿਹੜਾ ਮੰਡੀਕਰਨ ਝੋਨਾ ਮਤਲਬ ਵੱਧ ਗਿਆ ਜਾਲੋ ਸਾਰੇ ਹੋਣ ਲੱਗ ਗਏ ਭਾਰਤ ਚ ਮਲ ਖਰੀਦ ਵੀ ਇਹਦੀ ਜਾ ਰਹੀ ਆ ਮੰਡੀ ਬੋ ਟੁੱਟ ਰਿਆ ਪ੍ਰੋਬਲਮ ਆ ਇਹੀ ਨੇ ਤੇ ਇੱਚ ਆਏ ਆਪਣਾ ਇਹ ਆਪਦਾ ਮਿਹਨਤ ਹੈ ਇਹ ਚ ਮਿਹਨਤ ਹੈ ਮੰਨ ਲਓ ਪਾਣੀ ਦੀ ਵੱਡੀ ਬਚਤ ਹੁੰਦੀ ਆ ਪਾਣੀ ਜੀ 10ਵਾਂ ਹਿੱਸਾ ਲਾ ਲਓ ਜੀ ਤਾਂ ਵੀ 10ਵੇਂ ਤੋਂ ਵੀ ਅੱਧੇ ਲਾ ਲਓ ਜਿਵੇਂ ਹਨ ਬਰਸਾਤ ਤਾਂ ਸਾਨੂੰ ਐ ਵੀ ਕੱਢਣਾ ਪੈਂਦਾ ਠੀਕ ਹੈ ਵੀ ਜੇ ਬੂਟੇ ਬਚ ਜਾਣ ਪਾਣੀ ਲਾਉਣਾ ਦਾ ਕੀ ਆ ਸੀ ਇਹ 2 ਮਹੀਨੇ ਸਾਨੂੰ ਐ ਬਚਾਉ ਹੁੰਦੇ ਵੀ ਜੇ ਮੀਂਹ ਪੈਂਦਾ ਉਹਦੀ ਬਾਹਰ ਕੱਢੋ ਮਲ ਬੂਟੇ ਬਚ ਜਾਣ ਤੇ ਜਦੋਂ ਨਾ ਕੋਈ ਪਰਾਲੀ ਦੀ ਸਮੱਸਿਆ ਜਿਹੜੀ ਝੋਨੇ ਚੋਂ ਦੀ ਪਰਾਲੀ ਦੀ ਇਹ ਚ ਕੋਈ ਨਹੀਂ ਤਾਂ ਬਸ ਐ ਬੂਟੇ ਆ ਖਤਮ ਹੋ ਗਏ ਜਦੋਂ ਅਸੀਂ ਵਿੱਚ ਹੀ ਬਾਦ ਬਾਗਬਾਨੀ ਡਿਪਾਰਟਮੈਂਟ ਦੇ ਅੰਡਰ ਤੁਸੀਂ ਆਉਂਦੇ ਹੋ ਮਦਦ ਕਿੰਨੀ ਕੁ ਮਿਲਦੀ ਹੈ ਵਿਭਾਗ ਦੇ ਵੱਲੋਂ ਨਹੀਂ ਵਿਭਾਗ ਵੱਲੋਂ ਬਾਗਬਾਨੀ ਭਾਗ ਦੇ ਅੰਡਰ ਆਉਂਦਾ ਜੀ ਆਪਣਾ ਇਹ ਫੁੱਲਾਂ ਦੀ ਖੇਤੀ ਤੇ ਸਾਡੇ ਆਪਣੇ ਲੋਕਲ ਦਫ਼ਤਰ ਹੈਗਾ ਬਲਾਕ ਤੁਰੀ ਤੋਂ ਜੀ ਮੈਡਮ ਨੇ ਉੱਥੇ ਚਲੋ ਉਹ ਸਾਨੂੰ ਜਿਹੜੀ ਕੋਈ ਸਰਕਾਰ ਵੱਲੋਂ ਸਹੂਲਤਾਂ ਆਉਂਦੀ ਹੈ ਮਸ਼ੀਨਰੀ ਤੇ ਜਾਂ ਕੋਈ ਖਰਾਬਾ ਹੁੰਦਾ ਜਾਂ ਕੋਈ ਸਿੱਧੀ ਸਬਸਿਡੀ ਬੀਜਾਂ ਤੇ ਚਲੋ ਸਾਨੂੰ ਸਾਰਾ ਉਹ ਉਪਲਬਧ ਕਰਾਉਂਦੇ ਨੇ ਸਾਨੂੰ ਸਿੱਧੀ ਖੇਤੀ ਤਾਂ ਤੁਸੀਂ ਕਰਦੇ ਹੋ ਸੁਖਦੀਪ ਪਰ ਤੁਸੀਂ ਇੱਕ ਕਿਸਾਨਾਂ ਨੂੰ ਪਹਿਲਾਂ ਦੱਸ ਰਹੇ ਸੀ ਸਨੇਹਾ ਵੀ ਦੇ ਰਹੇ ਹੋ ਪਨੀਰੀ ਵੀ ਵੀ बेचਦੇ ਹੋਂ ਵੀ ਜੇ ਹੋਰ ਕਿਸਾਨ ਜੁੜਨ ਦੇ ਵੱਲ ਵਧੀਆ ਕਮਾਈ ਹੁੰਦੀ ਹੈ ਪਨੀਰੀ ਇਦਾਂ ਜਿਹੜਾ ਆਪਣਾ ਸਿਆਲ ਵਾਲੀ ਜਾਫਰੀਆਂ ਦੀ ਜੀ ਉਹ ਵੈਰੈਟੀ ਸਾਡੇ ਗੁਰਵਿੰਦਰ ਭਾਜ ਨੇ ਖੇੜੀ ਮੱਲਾਂ ਤੋਂ ਉਹਨਾਂ ਨੇ ਤਿਆਰ ਕਰਾ ਕੇ ਉਹ ਸਾਰਾ ਉਹ ਵੇਚਦੇ ਨੇ ਪਨੀਰੀ ਮਾੜਾ ਜੇ ਪਤਾ ਵੀ ਦੱਸ ਦੋ ਕਿਸਾਨ ਤੁਹਾਨੂੰ ਦੇਖ ਕੇ ਹੁਣ ਤੁਹਾਡੇ ਕੋਲ ਜੁੜਨਗੇ ਕੀ ਹਾਂ ਅਸੀਂ ਵੀ ਸੁਖਦੀਪ ਵਾਂਗੂ ਕੰਮ ਕਰੀਏ ਪਨੀਰੀ ਤੁਹਾਡੇ ਕੋਲ ਲੈਣ ਆਉਣ ਕਿੱਥੇ ਪਹੁੰਚਣ ਉਹ ਪਨੀਰੀ ਵੈਸੇ ਚਲੋ ਉਹਨਾਂ ਦਾ ਗੁਰਵਿੰਦਰ ਭਾਜ ਦਾ ਨੰਬਰ ਖੇੜੀ ਮੱਲਾਂ ਤੇ ਨਿਰਮਾਨ ਫਲਾਵਰ ਤੋਂ ਨੇ ਉਹਨਾਂ ਦਾ 959288900 ਜੀ ਉਹਨਾਂ ਨੂੰ ਸੰਪਰਕ ਕਰ ਲੈਣਾ ਵੈਸੇ ਸਾਡ ਠੀਕ ਹੈ ਤੇ ਕੋਈ ਗੱਲ ਇਹ ਆਪਾਂ ਜਾਣਕਾਰੀ ਜਿਵੇਂ ਲਵਾਉਣ ਤੋਂ ਲੈ ਕੇ ਸਾਰਾ ਤੜਾਈ ਵੇਚਣ ਤੱਕ ਉਹਨਾਂ ਦੀ ਮਦਦ ਕਰਾਂਗੇ ਬਿਲਕੁਲ ਜਿੱਥੇ ਕਣਕ ਝੋਨੇ ਤੋਂ ਸਰਕਾਰਾਂ ਪਰੇਸ਼ਾਨ ਨੇ ਕਿਉਂਕਿ ਜਿਹੜੀ ਝੋਨੇ ਦੀ ਫਸਲ ਆ ਕਿਤਨਾ ਕਿਤੇ ਸਭ ਤੋਂ ਵੱਡੀ ਦਾ ਦਿੱਕਤ ਉਹ ਜ਼ਮੀਨੀ ਪਾਣੀ ਆ ਲਗਾਤਾਰ ਚੂਸਦਾ ਜਾ ਰਿਹਾ ਦੂਜੇ ਪਾਸੇ ਆ ਜਿਹੜੀ ਪਰਾਲੀ ਦੀ ਦਿੱਕਤ ਆ ਜਾਂਦੀ ਆ ਝੋਨੇ ਦੇ ਕਟਿੰਗ ਤੋਂ ਬਾਅਦ ਇਹ ਵੱਡੀਆਂ ਸਮੱਸਿਆਵਾਂ ਦਾ ਹੱਲ ਕਿਤਨਾ ਕਿਤੇ ਫੁੱਲਾਂ ਦੀ ਖੇਤੀ ਵੀ ਹੈਗੀ ਆ ਸੁਖਦੀਪ ਕਰ ਰਿਹਾ ਲੰਬੇ ਸਮੇਂ ਤੋਂ ਤਜਰਬਾ ਹੈਗਾ ਵਧੀਆ ਬਚਤ ਆ ਸਭ ਤੋਂ ਵੱਡੀ ਗੱਲ ਰੋਜ਼ ਦੀ ਕਮਾਈ ਅਸਲ ਖੇਤੀ ਦੇ ਵਿੱਚ 6 ਮਹੀਨੇ ਬਾਅਦ ਕਿਸਾਨ ਦੀ ਜੇਬ ਦੇ ਵਿੱਚ ਪੈਸੇ ਆਉਂਦੇ ਨੇ ਇਧਰ ਦੁਕਾਨਦਾਰ ਦੇ ਵਾਂਗੂ ਰੋਜ਼ ਜਿਹੜੇ ਕਿਸਾਨ ਦੇ ਫੁੱਲ ਵਿਕਦੇ ਨੇ ਰੋਜ਼ ਤੜਾਈ ਹੁੰਦੀ ਆ ਤੇ ਦੂਜਾ ਸਭ ਤੋਂ ਵੱਡੀ ਗੱਲ ਜਿਹੜੀਆਂ ਔਰਤਾਂ ਨੇ ਪਿੰਡ ਦੀਆਂ ਉਹਨਾਂ ਦਾ ਇੱਕ ਵੱਡਾ ਰੋਜ਼ਗਾਰ ਮਿਲ ਰਿਹਾ ਔਰਤਾਂ ਨੂੰ ਕਿਤਨਾ ਕਿਤੇ ਆបਦਾ ਘਰ ਤਾਂ ਚੱਲ ਰਿਹਾ ਸੁਖਦੀਪ ਦਾ ਨਾਲ ਦੇ ਨਾਲ ਉਹ ਪਿੰਡ ਦੇ ਆ ਔਰਤਾਂ ਜਿਹੜੇ ਲੋਕ ਹੈਗੇ ਨੇ ਜਿਹੜੇ ਮਿਹਨਤ ਕਰ ਸਕਦੇ ਨੇ ਉਹਨਾਂ ਨੂੰ ਵੀ ਇੱਕ ਵੱਡਾ ਰੋਜ਼ਗਾਰ ਦੇ ਰਹੇ ਨੇ ਤੇ ਇੱਕ ਸਨੇਹਾ ਵੀ ਦੇ ਰਹੇ ਨੇ ਵੀ ਜਿਹੜੇ ਕਿਸਾਨ ਕਹਿ ਰਹੇ ਨੇ ਕਿ ਖੇਤੀਬਾੜੀ ਜਿਹੜੀ ਹੈਗੀ ਆ ਹੁਣ ਸੰਕਟ ਦੇ ਵਿੱਚ ਜਾ ਰਹੀ ਆ ਐਨੀ ਬਚਤ ਨਹੀਂ ਹੁੰਦੀ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਤਾਂ ਅਗਰ ਤੁਸੀਂ ਮਿਹਨਤ ਕਰ ਸਕਦੇ ਹੋ ਬਦਲਵੀਂ ਖੇਤੀ ਕਰ ਸਕਦੇ ਹੋ ਤਾਂ ਸੁਖਦੀਪ ਦੇ ਵਾਂਗ ਫੁੱਲਾਂ ਦੀ ਖੇਤੀ ਜਿਹੜੀ ਪੂਰੇ ਸਾਲ ਹੁੰਦੀ ਆ ਉਹ ਕਰ ਸਕਦੇ ਕਰਦੇ ਹੋ ਵਧੀਆ 4 ਪੈਸੇ ਬਣਾ ਸਕਦੇ ਹੋ ਤੇ ਰੋਜ਼ਾਨਾ ਆਪਣੀ ਜੇਬ ਦੇ ਵਿੱਚ ਉਹ ਪੈਸੇ ਪਾ ਸਕਦੇ ਹੋ ਚਰਨਜੀਤ ਕੌਸ਼ਲ ਪਿੰਡ ਪੇਦਨੀ ਗੱਲਾਂ ਤੋਂ న్యూਸ 18 ਪੰਜਾਬ